ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪੰਜਾਬ ਦਾ ਮੌਸਮ ਹੋ ਰਿਹਾ ਦਿਨੋਂ ਦਿਨ ਖਰਾਬ। ਮੇਰਾ ਪੈਰ ਫਸ ਗਿਆ ਗਾਰੇ 'ਚ ਅਤੇ ਪੰਜਾਬ ਦਾ ਮੌਸਮ ਦਿਨੋਂ ਦਿਨ ਖਰਾਬ ਹੀ ਹੋਈ ਜਾ ਰਿਹਾ। ਹੁਣ ਕਣਕ ਥੱਲੇ ਆਪਣੀਆਂ ਵੱਢੀ ਆ, ਤੂੜੀ ਬਣਾਉਣ ਵਾਲੀ ਆ, ਅਤੇ ਉੱਧਰੋਂ ਹਨੇਰੀ 'ਤੇ ਮੀਂਹ ਚੜਿਆ ਆ, ਇੱਧਰ ਬੱਦਲ ਵੀ ਦਿਲ ਲਿਸ਼ਕੀ ਜਾਂਦੇ ਦੇਖ ਕੇ, ਧੱਕਾ ਔਖਾ ਹੋ ਗਿਆ। ਇਹ ਲਿਸ਼ਕਿਆ ਕਣਕਾਂ ਤਾਂ ਅੱਗੇ ਹੀ, ਲੋਕਾਂ ਦੀਆਂ ਐਤਕੀ ਸੜ ਵੀ ਬਹੁਤ ਰਹੀਆਂ। ਪਤਾ ਨਹੀਂ ਕਿਹੜੀ ਇਹਦੇ ਵਿੱਚ ਹੋ ਰਿਹਾ ਕੰਮ, ਕੋਈ ਸਾਜਿਸ਼ ਹੋ ਰਹੀ ਗੌਰਮੈਂਟ ਦੀ ਜਾਂ ਅੱਗੇ ਜ਼ਿਮੀਂਦਾਰਾਂ ਨੂੰ ਨੀਵੇਂ ਸੁੱਟਣ ਲਈ ਜਾਂ ਕੋਈ ਗੱਲ ਆ। ਪਰ ਫਸਲਾਂ ਐਤਕੀ ਕਣਕ ਨੂੰ ਅੱਗ ਬਹੁਤ ਲੱਗ ਰਹੀ ਆ, ਉੱਤੋਂ ਮੌਸਮ ਮਾਰ ਪਾਈ ਜਾਂਦਾ। ਸੱਚੇ ਪਾਤਸ਼ਾਹ ਕਿਰਪਾ ਹੀ ਕਰਨ। ਦੇਖੋ ਤੁਸੀਂ ਬਣ ਕੀ ਜਾ, ਉਹ ਆ ਬੱਦਲ ਦੇਖੋ। ਹੁਣ ਤਾਂ ਇਹ ਅਰਦਾਸ ਆ ਮਹਾਰਾਜ ਅੱਗੇ ਵੀ ਫਸਲਾਂ ਸਾਂਭ ਲੈਣ ਦੇ ਸੱਚੇ ਪਾਤਸ਼ਾਹ। ਅੱਗੇ ਹੀ ਚੌਥਾ ਸਾਲ ਚੱਲਦਾ ਸੁਲਤਾਨਪੁਰ ਏਰੀਏ ਦੇ, ਤਾਂ ਅੱਗੇ ਨਹੀਂ ਜਿਮੀਂਦਾਰ ਵਿਚਾਰੇ ਤਾਬੇ ਆਏ, ਝੋਨੇ ਵੀ ਡੁੱਬ ਗਏ, ਕਣਕਾਂ ਵੀ ਡੁੱਬ ਗਈਆਂ, ਹੜ੍ਹਾਂ ਦੇ ਮਾਰੇ ਪਏ ਆ। ਮਹਾਰਾਜ ਦੇ ਲੱਗੇ ਅਰਦਾਸ ਕਰੋ ਭਾਈ ਸਾਰੇ। ਲਾਈਟ ਵੀ ਕੱਟ ਲਈ ਆ, ਹੁਣ ਸਾਰੇ ਪਾਸੇ ਹਨੇਰਾ ਹੀ ਹਨੇਰਾ।